ਜਿੰਨਾ ਚਿਰ ਤੂੰ ਸਾਨੂੰ ਪੁੱਤ ਨਹੀਂ ਕਹਿੰਦਾ ਉਹਨਾਂ ਚਿਰ ਨਹੀਂ ਜਾਂਦੇ ਅਸੀਂ। ਪਹਿਲਾਂ ਪੁੱਤ ਮੰਨ, ਅਸੀਂ ਤੇਰੇ ਪੁੱਤ ਬਣ ਕੇ ਆਏ ਹਾਂ। ਜੱਫੀ ਪਾ, ਜੱਫੀ ਪਾ, ਜੱਫੀ ਪਾ ਬੇਟਾ। ਕੁਛ ਨਹੀਂ ਹੈ, ਇਹ ਕੁਛ ਨਹੀਂ ਹੈ, ਮੈਂ ਰੌਲਾ ਪਾਉਂਦਾ ਇੱਥੇ। ਅੱਜ ਇਸ ਘਰ ਦੀ ਹਾਲਤ ਨੂੰ ਦੇਖ ਕੇ ਬੜਾ ਦੁੱਖ ਲੱਗਿਆ। ਮੈਂ ਵੀ ਤੇਰੇ ਸਿਰ 'ਤੇ ਹੱਥ ਰੱਖਦਾ ਵਾਂ। ਅਤੇ ਆਪਾਂ ਇੱਕ ਭੈਣ ਭਰਾ ਦੇ ਤੌਰ 'ਤੇ ਤੁਹਾਡੇ ਕੋਲ ਆਏ ਹਾਂ। ਅਸੀਂ ਚਾਹੁੰਦੇ ਹਾਂ ਤੁਹਾਡੀ ਅਸੀਂ ਹੈਲਪ ਕਰ ਸਕੀਏ ਕੁਛ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਅਮਨਦੀਪ ਕੌਰ ਵੈਦਵਾਨ ਜੀ ਆਪਣੇ ਫਾਦਰ ਸਾਹਿਬ ਜਤਿੰਦਰਪਾਲ ਸਿੰਘ ਵੈਦਵਾਨ ਜੀ ਨੂੰ ਅੱਜ ਵਾਕ ਕਰਾ ਰਹੇ ਨੇ। ਇਸ ਪਿਓ ਧੀ ਦੇ ਇਸ ਜੋੜੀ ਨੂੰ ਦੇਖ ਕੇ ਸ਼ਾਇਦ ਜਿਹੜੇ ਸਾਡੇ ਪੁਰਾਣੇ ਭੈਣ ਭਰਾ ਜੁੜੇ ਨੇ, ਦਰਸ਼ਕ ਨੇ, ਉਹ ਸਮਝਦੇ ਹੋਣਗੇ, ਦੇਖਦੇ ਹੋਣਗੇ ਵੀ ਉਸ ਸਮੇਂ ਅਤੇ ਅੱਜ ਦੇ ਸਮੇਂ ਦੇ ਵਿੱਚ ਬਾਪੂ ਵੈਦਵਾਨ ਜੀ ਦਾ ਅਤੇ ਭੈਣ ਅਮਨਦੀਪ ਕੌਰ ਵੈਦਵਾਨ ਜੀ ਦਾ ਕਿੰਨਾ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਕਿਉਂਕਿ ਜਦੋਂ ਬਾਪੂ ਜੀ ਨੂੰ ਉੱਥੋਂ ਲੈ ਕੇ ਆਏ ਸੀ ਅਸੀਂ ਚੰਡੀਗੜ੍ਹ ਤੋਂ, ਮੋਹਾਲੀ ਤੋਂ, ਉਸ ਤੋਂ ਬਾਅਦ ਬਾਪੂ ਜੀ ਇੱਥੇ ਆ ਕੇ ਬਿਲਕੁਲ ਵਧੀਆ ਤੰਦਰੁਸਤ ਤੁਰਨ ਫਿਰਨ ਲੱਗ ਗਏ, ਸੈਰ ਕਰਦੇ ਸੀ, ਸਾਰਾ ਕੁਛ ਠੀਕ ਸੀਗਾ। ਫਿਰ ਬਾਪੂ ਜੀ ਦੇ ਸੱਟ ਲੱਗ ਗਈ, ਝੂਲੇ 'ਤੇ ਮੰਜੇ 'ਤੇ ਬੈਠ ਗਏ। ਹੁਣ ਫਿਰ ਬਾਪੂ ਜੀ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਚੱਲਣ ਫਿਰਨ ਲੱਗ ਚੱਲੇ ਨੇ ਅਤੇ ਹੁਣ ਥੋੜ੍ਹਾ ਖੜ੍ਹੇ ਹੋਣ ਲੱਗ ਗਏ ਵੋਕਰ ਦੇ ਨਾਲ। ਅਤੇ ਅਮਨਦੀਪ ਭੈਣ ਵੀ ਬਾਪੂ ਜੀ ਦੇ ਬਿਮਾਰ ਹੋਣ ਨਾਲ ਬਹੁਤ ਜ਼ਿਆਦਾ ਮਤਲਬ ਚੁੱਪ ਰਹਿਣ ਲੱਗ ਗਏ ਸੀ, ਬਹੁਤ ਜ਼ਿਆਦਾ ਵੀਕ ਹੋ ਚੱਲੇ ਸੀ। ਅਤੇ ਹੁਣ ਅਮਨਦੀਪ ਭੈਣ ਵੀ ਅੱਗੇ ਨਾਲੋਂ ਬਹੁਤ ਠੀਕ ਆ ਅਤੇ ਬਾਪੂ ਜੀ ਵੀ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਫਿਜ਼ੀਓਥਰੈਪੀ ਹੁੰਦੀ ਆ, ਤੁਰਨ ਲੱਗ ਜਾਣਗੇ ਛੇਤੀ। ਅਰਦਾਸ ਕਰਿਓ ਭੈਣ ਅਮਨਦੀਪ ਕੌਰ ਵੈਦਵਾਨ ਵਾਸਤੇ ਅਤੇ ਬਾਪੂ ਜਤਿੰਦਰਪਾਲ ਸਿੰਘ ਜੀ ਵੈਦਵਾਨ ਵਾਸਤੇ। ਅਤੇ ਇਹਨਾਂ ਦੇ ਪਰਿਵਾਰ ਨੂੰ ਬੇਨਤੀ ਆ, ਇਹਨਾਂ ਦੇ ਭੈਣਾਂ ਵਾਂ ਬਾਪੂ ਜੀ ਦੇ ਭਰਾ ਨੇ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਸਾਡੀ ਵੀ ਪਲੀਜ਼ ਮਿਲ ਕੇ ਜਾਓ ਆ ਕੇ। ਹੋਰ ਕੁਛ ਨਹੀਂ ਮੰਗਦੇ ਤੁਹਾਤੋਂ, ਸਿਰਫ ਇੱਕ ਵਾਰ ਮਿਲ ਜਾਓ ਤਾਂ ਜੋ ਤੁਹਾਡੇ ਆਉਣ ਨਾਲ ਇਹਨਾਂ ਨੂੰ ਥੋੜ੍ਹਾ ਹੌਸਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।